ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। 17 ਮਾਰਚ ਦੇ MCQ ਤੁਹਾਡੇ ਲਈ ਲੈ ਕੇ ਆਇਆ। ਇਹਦੇ ਵਿੱਚ ਮੈਂ ਇਕੋਲੋਜੀ ਐਂਡ ਇਨਵਾਇਰਮੈਂਟ ਦਾ ਟੋਪਿਕ ਡਿਸਕਸ ਕਰ ਰਿਹਾ, ਜੋ ਕਿ ਮਾਸਟਰ ਕੈਰਟ ਦੇ ਸਿਲੇਬਸ ਦੇ ਵਿੱਚ ਜੋਲਜੀ ਬੋਟਨੀ ਜੀ ਇਕੁਅਲੀ ਲਿਖਿਆ ਹੈ। ਸਪੈਸ਼ਲੀ ਇਹ ਜੋਲਜੀ ਦਾ ਟੋਪਿਕ ਹੈ। ਇਹਦੇ ਵਿੱਚ ਇਨਵਾਇਰਮੈਂਟ, ਪਾਪੂਲੇਸ਼ਨ, ਇਕੋਲੋਜੀਕਲ ਸਕਸੈਸ਼ਨ, ਇਕੋਸਿਸਟਮ, ਨੈਚੁਰਲ ਰਿਸੋਰਸਿਸ ਐਂਡ ਬਾਇਓਡਾਇਵਰਸਿਟੀ ਐਂਡ ਇਨਵਾਇਰਮੈਂਟ ਇਸ਼ੂ, ਇਹਦੇ MCQs ਨੇ। ਤਕਰੀਬਨ 200 MCQ ਮੋਸਟ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਇਆ। ਤਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗਾ। ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਦਾ ਸਟੱਡੀ ਆਫ ਇੰਟਰ ਰਿਲੇਸ਼ਨਸ਼ਿਪ ਬਿਟਵੀਨ ਔਰਗਨਿਜ਼ਮ ਐਂਡ ਦੇਅਰ ਇਨਵਾਇਰਮੈਂਟ ਇਸ ਕਾਲਡ ਇਕੋਲੋਜੀ। ਦਾ ਸਟੱਡੀ ਆਫ ਇੰਟਰ ਰਿਲੇਸ਼ਨਸ਼ਿਪ ਬਿਟਵੀਨ ਦਾ ਸਪੀਸੀਜ ਇੰਡੀਵਿਜੁਅਲ ਐਂਡ ਇਨਵਾਇਰਮੈਂਟ ਇਨ ਆਲ ਸਟੇਜਿਸ ਇਸ ਕਾਲਡ ਓਟੋ ਇਕੋਲੋਜੀ। ਸਿੰਕੋਲੋਜੀ ਸਟੱਡੀ ਆਫ ਇੰਟਰ ਰਿਲੇਸ਼ਨਸ਼ਿਪ ਬਿਟਵੀਨ ਐਂਡ ਇਨਵਾਇਰਮੈਂਟ ਐਂਡ ਕਮਿਊਨਿਟੀ। ਇਕੋਲੋਜੀ ਟਰਮ ਗਿਵ ਕੁਆਇੰਡ ਬਾਏ ਹੈਕਲ, ਐਕਚੁਅਲੀ ਟਰਮ ਵਾਜ ਗਿਵਨ ਬਾਏ ਰਾਈਟਰ। ਐਫਰੇਮਲ ਆਰ ਦਾ ਟਾਈਪ ਆਫ ਜੀਰੋਫਾਈਡ, ਦੇ ਆਰ ਦਾ ਡਰਾਊਟ ਐਸਕੇਪਿੰਗ, ਸਕੂਲੈਂਟ ਅਕਰ ਇਨ ਡੈਜ਼ਰਟ। ਨੈਕਸਟ ਦਾ ਅਵੇਸਲ ਜੋਨ, ਨੋ ਸਨਲਾਈਟ ਬਟ ਕੰਟੇਨ ਕੰਜ਼ੂਮਰ ਐਂਡ ਡੀਕੰਪੋਜ਼ਰ। ਉਮੀਦ ਹੈ ਇੰਨੇ ਪਸੰਦ ਆ ਗਏ ਹੋਣਗੇ। ਨੈਕਸਟ ਇਜ਼ ਦਾ ਮਕੈਨੀਕਲ ਟਿਸ਼ੂ ਅਨਡਿਵੈਲਪ ਇਨ ਹਾਈਡਰੋਫਾਈਟਸ, ਵਿਚ ਵਨ ਲੈਕ ਬੋਥ ਰੂਟ ਐਂਡ ਸਟੋਮੈਟਾ ਹਾਈਡਰੋਫਾਈਟ। ਬੈਂਥਿਕ ਐਨੀਮਲ ਲਿਵ ਡੀਪ ਇਨ ਸੀ, ਇਸ਼ੋਰਨੀਆ ਕ੍ਰੈਪਸੀ ਇਜ਼ ਏ ਹਾਈਡਰੋਫਾਈਟ। ਬੀਬੀ ਪੇਰੀ ਐਂਡ ਨਿਮੈਟੋਫੋਰ ਆਰ ਦਾ ਫੀਚਰ ਆਫ ਹੈਲੀਓਫਾਈਟ। ਕਲਮੈਟੋਲੋਜੀ ਇਜ਼ ਦਾ ਸਾਇੰਸ ਸਟੱਡੀ ਆਫ ਕਲਮੈਟਿਕ ਫੈਕਟਰ। ਬੀਬੀ ਪੇਰੀ ਅਕਰ ਇਨ ਦਾ ਰਾਈਜ਼ੋਫੋਰਾ, ਵਿਚ ਇਜ਼ ਐਮਫੀਬੀਅਸ ਪੋਲੀਗੋਨਮ। ਰਿਵਰ ਵਾਟਰ ਡਿਪੋਜ਼ਿਟ ਅਲਿਊਵੀਅਲ ਸੋਇਲ। ਲੀਸਟ ਪੋਰਸ ਸੋਇਲ ਇਜ਼ ਦਾ ਕਲੇ ਸੋਇਲ। ਵਾਟਰ ਹੋਲਡਿੰਗ ਕਪੈਸਿਟੀ ਇਜ਼ ਹਾਈਐਸਟ ਇਨ ਦਾ ਕਲੇ ਸੋਇਲ। ਨੈਕਸਟ ਇਜ਼ ਦਾ ਐਡੈਫੋਲੋਜੀ ਇਜ਼ ਕਨੈਕਟ ਵਿਦ ਦਾ ਮਿਨਰਲ ਔਰਗੈਨਿਕ ਮੈਟਰ, ਏਅਰ ਐਂਡ ਵਾਟਰ। ਵਾਟ ਇਜ਼ ਦਾ ਬੈਸਟ pH ਆਫ ਸੋਇਲ ਫਾਰ ਕਲਟੀਵੇਸ਼ਨ, 5.5 to 6.5। ਜੋਨ ਆਫ ਐਟਮੋਸਫੀਅਰ ਨੀਅਰ ਦਾ ਗਰਾਊਂਡ ਇਜ਼ ਕਾਲਡ ਟ੍ਰੋਪੋਸਫੀਅਰ। ਰੂਟ ਕੈਪ ਐਬਸੈਂਟ ਇਨ ਦਾ ਹਾਈਡਰੋਫਾਈਟ। ਨੈਕਸਟ 24, ਸੋਇਲ ਕੈਰਡ ਬਾਏ ਗ੍ਰੈਵਿਟੀ ਇਜ਼ ਕੋਲੋਵੀਅਲ ਸੋਇਲ। ਫੀਲਡ ਕਪੈਸਿਟੀ ਕੰਸਿਸਟ ਆਫ ਕੈਪਲਰੀ ਪਲੱਸ ਹਾਈਗਰੋਸਕੋਪਿਕ ਵਾਟਰ। ਕਲੇ ਪਾਰਟੀਕਲ ਆਰ ਨੈਗੇਟਿਵਲੀ ਚਾਰਜ। ਹਿਊਮਸ ਇਜ਼ ਪਾਰਸ਼ਲੀ ਡਿਕੰਪੋਜ਼ ਔਰਗੈਨਿਕ ਮੈਟਰ। ਹੈਲੋਫਾਈਟ ਆਰ ਦਾ ਸਾਲਟ ਰਜਿਸਟੈਂਟ ਪਲਾਂਟ। ਇੰਸਟਰੂਮੈਂਟ ਯੂਜ ਟੂ ਕੈਲਕੂਲੇਟ ਦਾ ਵਿੰਡ ਵੈਲੋਸਿਟੀ, ਅਨੀਮੋਮੀਟਰ। ਫੋਟੋਸਿੰਥੇਸਿਸ ਐਬਸੈਂਟ ਇਨ ਦਾ ਐਫੋਟਿਕ ਲੇਅਰ, ਜਿਸ ਜਗ੍ਹਾ 'ਤੇ ਲਾਈਟ ਨਹੀਂ ਜਾਂਦੀ ਪਾਣੀ ਦੀ। ਰੂਟ ਸਿਸਟਮ ਪੂਅਰਲੀ ਡਿਵੈਲਪਿੰਗ ਹਾਈਡਰੀਲਾ। ਪ੍ਰੇਇੰਗ ਮੈਂਟਿਸ ਇਜ਼ ਗੁੱਡ ਐਗਜ਼ਾਮਪਲ ਆਫ ਦਾ ਕੈਮਿਊਫਲੇਜ ਸ਼ਲਾਵਨ। ਸ਼ੰਕਨ ਸਟੋਮੈਟਾ ਅਕਰ ਇਨ ਜੀਰੋਫਾਈਟ। ਓਪਨ ਵਾਟਰ ਜੋਨ ਬਿਜ਼ੋਨ ਦਾ ਲਿਟੋਰਲ ਜੋਨ ਇਜ਼ ਦਾ ਲਿਮਨੈਟਿਕ ਜੋਨ। ਅਮਾਊਂਟ ਆਫ ਦਾ ਫਰੈਸ਼ ਵਾਟਰ ਪ੍ਰੈਜੈਂਟ ਇਨ ਦਾ ਪੋਲਰ ਐਂਡ ਗਲੇਸ਼ੀਅਲ, 1.97। ਓਜ਼ੋਨ ਲੇਅਰ ਅਕਰ ਇਨ ਸਟੈਟੋਸਫੀਅਰ। ਗੁੱਡ ਓਜ਼ੋਨ ਅਕਰ ਇਨ ਸਟੈਟੋਸਫੀਅਰ। ਮੋਨਾਰਕ ਬਟਰਫਲਾਈ ਇਜ਼ ਨੋਟ ਈਟਨ ਬਾਏ ਪ੍ਰੀਡੇਟਰ ਬਿਕੋਜ਼ ਇਟ ਇਜ਼ ਬੀਟਰ ਇਨ ਟੇਸਟ। ਹਾਈਡਰੇਲਾ ਇਜ਼ ਸਬਮਰਜ ਹਾਈਡਰੋਫਾਈਟ। ਪਰਸੈਂਟੇਜ ਰੇਸ਼ੋ ਆਫ ਦਾ ਨਟੈਲਿਟੀ ਓਵਰ ਮੋਰਟੈਲਿਟੀ ਇਜ਼ ਕਾਲਡ ਅ ਵਾਈਟਲ ਇੰਡੈਕਸ। ਪੋਪੂਲੇਸ਼ਨ ਆਫ ਐਨ ਏਰੀਆ ਟੈਂਡ ਟੂ ਇਨਕਰੀਜ਼ ਵੈਨ ਇਮੀਗ੍ਰੇਸ਼ਨ ਇਨਕਰੀਜ਼। ਨੈਕਸਟ ਇਜ਼ ਦਾ ਰਨਬੋਰਾ ਸ਼ਾਰਕ ਰਿਲੇਸ਼ਨਸ਼ਿਪ ਇਜ਼ ਦਾ ਕੈਨਾਬਲਿਜ਼ਮ। ਪਲਾਂਟ ਸਕਸੈਸ਼ਨ ਅਕਰਿੰਗ ਔਨ ਦਾ ਸੈਂਡ ਇਜ਼ ਦਾ ਪੈਸਮੋ ਸੀਰੀ। ਯੂ ਕਲੋਰੈਲੇ ਇਨ ਹਾਈਡਰਾ ਪ੍ਰੋਡਿਊਸ ਐਂਡ ਐਸੋਸੀਏਸ਼ਨ ਇਜ਼ ਕਾਲਡ ਮਿਊਚੁਅਲਿਜ਼ਮ। ਇਨਸੈਕਟੀਵੋਰਸ ਪਲਾਂਟ ਅਡਾਪਟਡ ਇਨ ਦਾ ਸੋਇਲ ਡੈਫੀਸ਼ੈਂਟ ਇਨ ਨਾਈਟ੍ਰੋਜਨ ਕੰਪਾਊਂਡ। ਵਟ ਇਜ਼ ਨੋਟ ਏ ਪ੍ਰਾਇਮਰੀ ਕੋਲੋਨਾਈਜ਼ਰ। ਗੁੱਡ ਆਨਸਰ ਇਜ਼ ਦਾ ਵਾਇਰਸ, ਆਪਸ਼ਨ ਏ। ਐਸੋਸੀਏਸ਼ਨ ਬਿਟਵੀਨ ਐਂਟ ਐਂਡ ਸਮ ਮੈਂਬਰ ਆਫ ਦਾ ਫੈਮਿਲੀ ਰੂਬੀਸੀ ਇਜ਼ ਕਾਲਡ ਮਰੀਮੋਫਿਲੀ। ਹਾਈਪਰ ਪੈਰਾਸਿਟਿਜ਼ਮ, ਬੇਨ ਏ ਪੈਰਾਸਾਈਟ ਇਜ਼ ਹੋਸਟ ਆਫ ਅਨਦਰ ਪੈਰਾਸਾਈਟ। ਸੀ ਐਨੀਮੋਨ ਪਲੱਸ ਹਰਮਿਟ ਕਰੈਬ ਇਜ਼ ਦਾ ਸਿੰਬਾਇਸਿਸ। ਇਨ ਕਮੈਂਸਲਿਜ਼ਮ, ਬੀਕਰ ਇਜ਼ ਬੈਨੀਫਿਸ਼ੀਅਲ ਵਾਈਲ ਦਾ ਸਟਰੋਂਗਲ ਇਜ਼ ਅਨਹਾਰਮਡ। ਐਟ ਐਸਮਟੋਸਟੇਜ ਪਾਪੂਲੇਸ਼ਨ ਇਜ਼ ਸਟੇਬਲਾਈਜ਼। ਕੁਐਸਚਨ ਨੰਬਰ 52, ਸਪੀਸੀਜ਼ ਕੈਨੋਟ ਲਿਵ ਇਨ ਸੇਮ ਨਿਸ਼ ਡਿਊ ਟੂ ਦਾ ਗੋਜ਼ ਪ੍ਰਿੰਸੀਪਲ ਆਫ ਕੰਪੀਟੀਟਿਵ ਐਕਸਕਲੂਜ਼ਨ। ਆਪਸ਼ਨ ਏ, ਬਾਰਨੈਕਲ ਪਲੱਸ ਬੇਲ ਲਿਮਨਸ ਇਜ਼ ਅ ਐਗਜ਼ਾਮਪਲ ਆਫ ਕਮੈਂਸਲਿਜ਼ਮ। ਮਾਈਕੋਰਾਇਜ਼ਾ ਇਜ਼ ਗੁੱਡ ਐਗਜ਼ਾਮਪਲ ਰਿਲੇਸ਼ਨਸ਼ਿਪ ਸਿੰਬਾਇਟਿਕ। ਬਾਇਓਮ ਇਜ਼ ਅ ਸਮ ਆਫ ਇਕੋਸਿਸਟਮ ਇਜ਼ ਅ ਜੀਓਗ੍ਰਾਫਿਕਲ ਏਰੀਆ। ਬਰਥ ਰੇਟ ਮਾਈਨਸ ਡੈਥ ਰੇਟ ਇਜ਼ ਦਾ ਪਾਪੂਲੇਸ਼ਨ ਇੰਡੈਕਸ। ਟ੍ਰਾਂਜੀਸ਼ਨ ਜੋਨ ਬਿਟਵੀਨ ਦਾ ਕਮਿਊਨਿਟੀ ਇਜ਼ ਦਾ ਇਕੋਟੋਨ। ਔਰਗਨਿਜ਼ਮ ਸਪੈਂਡਿੰਗ ਮੋਸਟ ਆਫ ਦਾ ਟਾਈਮ ਇਨ ਦਾ ਟ੍ਰਾਂਜੀਸ਼ਨ ਜੋਨ ਇਜ਼ ਕਾਲਡ ਐਜ ਸਪੀਸੀਜ਼। ਮਲੇਰੀਅਨ ਮਮਿਕਰੀ
is harmful, mimic is harmful and resemble a model. Bear are also harmful to predator. Keystone species, the answer is 60 keystone species play an important role in protecting other species. Question number 61. Lichen is pioneer succession for the lithocere. Physiognomy is external appearance of the community. Succession is the orderly process of community change till the stability, gradual convergence, traction and continuous process. The only option is B, A and B. Plant living partially inside water and partially above is the heliophyte. Dn by Dnt represent the population growth. A plant of the reed spam stage is the Sagittaria. Population jo day hai 11 July nu manaya janda. Rhizosphere microflora exhibit the symbiosis. Changes in the nature of the population is the population dynamics. Second stage of the hydrosphere occupied by the Vallisneria. Or carbon dioxide and oxygen balance accompanied by the photosynthesis. Next 72. Fertilizer obtained from the seaward along the coast of the Kyle and the Peru is the guano. Old leguminous root turn green due to breakdown of the leg hemoglobin. Crystalline rock are the natural source of the biogenetic animal, that is the phosphorus. Biochemical cycle with the gaseous phase is the carbon cycle, which is a sedimentary cycle, phosphorus cycle. Grassland with scattered tree is the savanna. Tropical rainforest occur in the Andamans. Term ecosystem given by Tensley, which is the correct food chain. Eda option hai da divaste. Sahi hai grass, insect, frog, snake. Option A. The biological equilibrium between producer, consumer and decomposer. Next is the Nepenthes belong to category of producer plus secondary consumer. Energy stored in the consumer level is the secondary productivity. Primate of the number in grassland is always upright. Maximum population can be supported if all are the pure vegetarian. Je sare vegetarian to kafi human reh sakde hai. Total energy fixed by ecosystem in the gross production. Savanna are the grassland with scattered tree. Which one have the maximum biomass? Tropical rainforest. Pyramid of number upright. Pyramid of number of forest upright. Grass, deer, tiger, food chain. Grass biome is 1 ton. Tiger da kinna aega 10 kilo. Tropical forest occur in India, Kerala and Assam. Bulk carbon dioxide fixation occur in ocean. Most stable ecosystem is the ocean. Next question 95. Benthos of the pond ecosystem primary consumer. Vegetation of Rajasthan is the xerophyte. Deciduous forest have the broadleaf tree. Loin is a predator. Which is dominant in desert? Lizard. Ecological pyramid are of three types. In an ecosystem, bacteria are micro consumer. Concept of life form given by Rentschler. Which is the nature's cleaner, decomposer and scavenger? Which one has maximum biomass? Forest ecosystem. The sal forest is the deciduous forest. A tree biome, tundra plus grassland plus desert. In an ecosystem trophic level, man is the omnivorous. Option A. The lentic ecosystem occur standing water. Lentic is the standing, lotic is the moving. A recently discovered ecosystem is the bent. Controlling factor in the ecosystem is the predation. Terai forest is the tropical. Bacteria and fungi are decomposer. Type of food chain are three type. Tiger lie at the apex of food chain. Tiger feed on the number of herbivores which feed on the number of plant. Pyramid of number in grassland is the upright. And modifying bacteria, Bacillus rhamnosus. Broad leaf oak are found in temperate deciduous forest. Shola forest occur in the western ghat of Kerala. Succulent grow in the desert. Tiaga occur north temperate area. Forest which is never leaflet, jede leaflet nahi hunde. It is a temperate forest. 10% law given by Lindman. The upright pyramid of the number absent in the forest. The decomposition rate slow if the detritus is rich in the lignin and chitin. Percentage of the land covered by forest in India 18 to 27%.
Deforest will decrease rainfall. CIPCO movement connected with plant and forest conservation. Afforestation should be with indigenous species. Zoom cultivation is tribal method of shifting cultivation. American water plant that have become a problem in India for water pollution is a Shornia crispia. Tracing help in the soil conservation in the hilly area. The domestic cooking gas contain the LPG. After sodium potassium chloride, seawater also rich in the high concentration of magnesium. CIPCO movement started in the 1973. Biogas contain methane, CH4. Wildlife Protection Act India enacted in 1972. Mangrove forest occur in the estuaries. Clove are obtained from unopened flower bud. Para rubber is obtained from the lacto of Hevea brasiliensis. Chewing gum is produced by Acrasis epicutus. The Wildlife Protection Act 1972 was first amended in 1991. Salas and Vern Agriculture, Zoom Cultivation, MAB full form Man and Biosphere. Silent Valley jo hai Kerala ch hundi hai. Black buck is not allowed to hunted by Bishnois. 143 Gir National jo park Asiatic Lion waste hai. Ranthambore birds waste hai. Ranthambore Rajasthan de vich hai. First Biosphere Reserve Nilgiri 1986 ch. Kanha National Park tiger waste famous hai. First National Park India da Corbett National Park. Bandipur National Park jo tiger project waste hai. Siberian crane jehdi hai regular aandi hai Bhartpur Rajasthan century vich. Largest living lemur is the Madagascar which hai. Rajaji National Park Uttarakhand ch hai. Which one is not endangered? Adax antelope. Shimlipal ek biosphere reserve hai. Biodiversity India ch act 2002 vich aaya. Dachigam century J&K ch. World Biodiversity Day 29 December. Manas Sanctuary Assam de vich hai. Central Wildlife Board 1955 ch shuru hoya. Who gave the ribbit pepper hypothesis? E.P. Odum. Evil quarter is related with the loss of biodiversity. The project Tiger launched in 1973. Bro and deer is found in the Crabial Lemgro National Park. The sacred groove are found in the Meghalaya. The disease aggregated by pollination is the bronchitis. Chief air pollution which is likely to deplete ozone, nitrogen oxide and fluorocarbon. Minamita industrial mercury waste, sulfur dioxide affect the all membrane system. Spraying DDT pollute air, water, soil. DDT is a non-biodegradable pollutant. Beauty of Taj Mahal destructed by air pollution from Mathura refinery. Lead is the soil pollutant. Greenhouse gas which carbon dioxide, CFC, methane, N2O. The checking of the re-radiating heat by atmospheric dust, O3, CO2, water vapor is a greenhouse effect. Sound become hazardous above 80 decibels. Taj Mahal threatened by SO2 pollution. BOD is the biochemical oxygen demand. World Environment Day 5 June. Eutrophication causes the reduction in dissolved oxygen DO. Methyl isocyanates and the carbyl tragedy occur in the Bhopal 1984, Ukraine 1986. Which pollution caused jaundice? Water pollution. So last ozone day 16 September. Common indicator of the water pollution is the Ecoli. Component of smog is the O3 plus PAN. Sewerage water is purified by microbe. Photochemical smog always contain O3. Peeling of O3 umbrella by chlorofluorocarbon. Green muffler is related with the noise. Neeri Nagpur vich sthit hai. It is a National Environmental Engineering Research Institution. Infinity of CO carbon monoxide for hemoglobin as compared to oxygen is the 200 times. Most ionizing radiation is alpha ray. Daytime sound silent zone is 50 decibel. Intensity level of the whispering sound is 20 to 40 decibel. UNEP is the United Nations Environment Program. Global agreement to reduce release of the oxygen depleting substance is the Montreal. Ozone depletion substance was the Montreal protocol. Greenhouse gas was the quality indicator for the water pollution the tubifex microbe jehde gande pani ch zyada grow karda hai. So dosto ye almost 200 MCQs ya se tade layi. Ummeed hai tuhanu pasand aaye honge. So ide PDF layi mainu WhatsApp te contact kar sakde ho.
ਬਾਕੀ ਦੇ ਵੀਡੀਓ ਲਈ ਸਟੇ ਟਿਊਨਡ ਵਿਦ ਮਾਈ ਚੈਨਲ। ਥੈਂਕ ਯੂ ਵੈਰੀ ਮੱਚ। ਵੀਡੀਓ ਕਿੱਦਾਂ ਲੱਗਿਆ ਪਲੀਜ਼ ਕਮੈਂਟ ਕਰਨਾ। ਥੈਂਕ ਯੂ।